ਤੋਂ ਪਹਿਲਾਂ ਕੱਢਿਆ ਗਿਆ ਹੈ ਉਹ ਵੀ ਹੈ ਸਰਵਾਈਵ ਉਹ ਠੀਕ ਹੈ ਉਹਨਾਂ ਨੂੰ ਪੀਜੀ ਰੈਫਰ ਕਰ ਦਿੱਤਾ ਅਤੇ ਪੀਜੀ ਉਹਨਾਂ ਦਾ ਇਲਾਜ ਚੱਲ ਰਿਹਾ ਅਤੇ ਜਿਹੜੇ ਦੂਜੇ ਕੱਢੇ ਗਏ ਨੇ ਉਹ ਪੀਜੀ ਜਾ ਕੇ ਉੱਥੇ ਹੀ ਹੈਜ਼ ਬਿਨ ਡਿਕਲੇਅਰਡ ਐਜ਼ ਬਰੋਟ ਡੈਡ ਅਤੇ ਜਿਹੜੇ ਤੀਜੇ ਨੇ ਉਹ ਇੱਥੋਂ ਹੀ ਜਦੋਂ ਕੱਢੇ ਗਏ ਤੋ ਹੀ ਵਾਸ ਡਿਕਲੇਅਰਡ ਡੈਡ ਅਤੇ ਹੁਣ ਤੱਕ ਅੰਦਰ ਪੰਜ ਜਿਹੜੇ ਹੈਗੇ ਨੇ ਮਜ਼ਦੂਰ ਫਸੇ ਹੋਏ ਨੇ ਅਤੇ ਉਹਨਾਂ ਵਿੱਚੋਂ ਜਿਹੜੇ ਤਿੰਨ ਕੱਢੇ ਜਾ ਚੁੱਕੇ ਨੇ ਅਤੇ ਰੈਸਕਿਊ ਆਪਰੇਸ਼ਨਸ ਜਾਰੀ ਨੇ ਐਨ ਡੀ ਆਰ ਐਫ ਐਸ ਡੀ ਆਰ ਐਫ ਅਤੇ ਆਈ ਟੀ ਬੀ ਪੀ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ ਅਤੇ ਜਿਹੜੇ ਦੋ ਨੇ ਵੀ ਸਾਨੂੰ ਪੂਰੀ ਉਮੀਦ ਹੈ ਕਿ ਜਲਦੀ ਹੀ ਜਿਹੜੇ ਦੋ ਨੇ ਉਹ ਵੀ ਕੱਢ ਕੇ ਜਾਣ ਕੋਈ ਮੂਵਮੈਂਟ ਤਾਂ ਨਹੀਂ ਹੈ ਜੀ ਇਸ ਵੇਲੇ ਪਰ ਫਿਰ ਵੀ ਜਦੋਂ ਤੱਕ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਕੁਛ ਵੀ ਅਸੀਂ ਸਪੈਸੀਫਿਕਲੀ ਨਹੀਂ ਕਹਿ ਸਕਦੇ ਉਹ ਬਾਹਰ ਨਿਕਲਣ ਤੋਂ ਬਾਅਦ ਡਾਕਟਰੀ ਟੀਮ ਸਾਡੀ ਇੱਥੇ ਬੈਠੀ ਹੈ ਉਹਨਾਂ ਦੇ ਮੁਆਇਨਾ ਕਰਨ ਤੋਂ ਬਾਅਦ ਹੀ ਕੁਛ ਕਿਹਾ ਜਾ ਸਕਦਾ ਸਰ ਵੀ ਆ ਰਹੇ ਆਪਣਾ ਇਹਨਾਂ ਨਾਲ ਲੈ ਜਾਓ ਆ।